सब्सक्राइब करो साडा यूट्यूब चैनल पंजाबी मेनिया ते अपने फोन ते नवीं वीडियोस देखने दे लई हिट करो बेल आइकन। सुनील जी पोस्टर वाल देखते हैं एक होर बहुत ही ज़्यादा जो प्रोमिनेंट नाम वो पढ़ते हैं संतोष जी का है। तो संतोष जी थोड़े 2005 तो 6 के नाल है ना थोड़े नाल है 2002 पहले मेकअप आर्टिस्ट थोड़े मैनेजर मेकअप आर्टिस्ट फिर मैं जोकिंग तो कॉन्सैप्ट दोबारा वापस आने नीरू जी थोड़े तो भी आही सवाल है एक हम थोड़े ना बहुत सारी मूवी की गल्ला हुई है बट एक दो सवाल जोड़े कि सानू कुड़ियां दे भी पेज ते आए सके थोड़े तो एडवाइस ते गुरनाम जी तो भी एडवाइस ली 40 जो तुसी एज बार दिखाया कि एक 40 दी एज तो बाद मैरिज नहीं होंदी मैनूं लगता है वो 23 तो बाद ही शायद पंजाबी कुड़ियां स्पेशली शुरू हो जाता है कि 23 तो बाद विआह करा लो। बहुत चंडीगढ़ शहर से इस टाइम बैठे हैं चंडीगढ़ शहर से बहुत सारी कुड़ियां ने इस टाइम तो जिहड़ियां काम कर रही ने कितने IT सेंटर से कह सकते हैं आपां या कितने भी इंडस्ट्री से काम कर रही है बाहर खड़ी हो सकती ने उन्हां दी एक एज बार क्रॉस कर गई है कितने ना कितने कुड़ियां हुण आपका कॉन्फिडेंस भी लूज कर जाती ने तो उन्हें लगता हुण सानूं शायद पार्टनर ही नहीं मिलेगा उन्हां कुड़ियां लई तुहाडी की सजेशन है। मैं कहूँगी कि मतलब डोंट गो आउट लुकिंग फॉर इट डोंट मतलब लव विल फाइंड यू तो जे कोई थोड़ी एज नूं देख के थोनू मतलब आई जे वो नुक्स कर सकता थोड़ी एज दैट्स रिडिकुलस दैट्स नॉट लव। सो मेरे खुद का ब्याह होया सी व्हेन आई वाज 34 एंड मैं आई वाज डन विथ mankind I didn't want to get married and but love found me and don't stress about it abhi life jio keep working kya ho juga yaar ye ho ya exactly it's okay it's not it doesn't make you it doesn't break you yeah fir gurnam ji thode marriage de ki plans hai mere koi plans nahi hai ਤੁਹਾਡੇ ਕੋਈ ਪਲਾਨਸ ਨਹੀਂ ਫਿਰ ਮਤਲਬ ਬਹੁਤ ਮੈਨੂੰ ਫੀਮੇਲ ਫੈਨਸ ਜਾਂ ਤੁਹਾਡੀ ਕੀ ਐਕਸਪੈਕਟੇਸ਼ਨਸ ਨੇ ਇੱਕ ਆਈਡੀਅਲ ਮੇਰੀ ਇੱਕ ਹੀ ਐਕਸਪੈਕਟੇਸ਼ਨਸ ਹੈ ਕਿ ਐਕਸਪੈਕਟੇਸ਼ਨ ਆ ਕਿ ਜਦੋਂ ਦਿਲੋਂ ਲੱਗੇ ਕਿ ਹਾਂ ਇਹਦੇ ਨਾਲ ਪੂਰੀ ਜ਼ਿੰਦਗੀ ਕੱਟਣੀ ਹੈ ਨਾ ਪਿਆਰ ਹੋਣਾ ਅਟਰੈਕਸ਼ਨ ਹੋਣੀ ਉਹ ਫੀਲਿੰਗਸ ਆਉਣੀਆਂ ਮੈਨੂੰ ਲੱਗਦਾ ਉਹ 1-2-3 ਮਹੀਨੇ ਬਾਅਦ ਹੈ ਨਾ ਉਹ ਬਦਲਣੀਆਂ ਵੀ ਸ਼ੁਰੂ ਹੋ ਜਾਂਦੀਆਂ ਸੋ ਉਹ ਇੱਡੀ ਸਟਰੋਂਗ ਫੀਲਿੰਗ ਸ਼ਾਇਦ ਇਸ ਜਨਮ 'ਚ ਮੈਨੂੰ ਆਵੇ ਸ਼ਾਇਦ ਕਦੀ ਨਾ ਆਵੇ ਤਾਂ ਜੇ ਉਹ ਆਊਗੀ ਇਹਨਾਂ ਨੇ ਆਪ ਆਪਣੇ ਲਈ ਬਾਹਰ ਸੈੱਟ ਕੀਤਾ ਹੋਇਆ ਕਿਆ ਬਾਤ ਹੈ। ਸੋ ਥੋੜ੍ਹਾ ਜਿਹਾ ਅਸੀਂ ਮੂਡ ਲਾਈਟਨ ਅਪ ਕਰਾਂਗੇ ਇੱਕ ਸਾਡੇ ਕੋਲ ਛੋਟੀ ਜਿਹੀ ਗੇਮ ਹੈ ਸਿੰਸ ਏਜ ਦੀ ਗੱਲ ਚੱਲ ਰਹੀ ਹੈ ਸਾਡੇ ਕੋਲ ਨੀਰੂ ਮੈਮ ਦੀਆਂ ਕੁਝ ਥੋੜ੍ਹੀ ਬਹੁਤ ਪਿਕਚਰਸ ਨੇ ਅਤੇ ਗੁਰਨਾਮ ਜੀ ਤੁਸੀਂ ਉਹਨਾਂ ਦੀ ਐਗਜੈਕਟ ਏਜ ਗੈਸ ਕਰਨੀ ਹੈ ਉਸ ਪਿਕਚਰ 'ਚ ਨੀਰੂ ਮੈਮ ਦੱਸਣਗੇ ਕਿ ਉਹ ਕਰੈਕਟ ਹੈ ਕਿ ਨਹੀਂ ਠੀਕ ਆ। ਅਤੇ ਸਾਡੇ ਕੋਲ ਪਹਿਲੀ ਪਿਕਚਰ ਨੀਰੂ ਮੈਮ ਦੀ ਆਹ ਹੈ पर मैं एक कॉम्प्लीमेंट समझ लो इन पर तुसी जिमे जिमे थोड़ी एज बत तुसी होर सोने होने क्या बात है ओ मैं ऐसी भी एग्री कर रहे हो सो इट आई थिंक 18 23 क्लोज फिर भी नहीं बहुत दूर है 5 साल फिर भी थोड़ा क्लोज है ਆਤਾ ਹੁੰਦਾ ਸੀ ਸਾਰਿਆਂ ਨੇ 23 ਇਹ ਤਾਂ ਇਹਨਾਂ ਦਾ ਬ੍ਰਾਂਡ ਹੈ ਇਹ ਤਾਂ ਥੋੜਾ ਜਿਹਾ ਪਹਿਲਾਂ ਦੀ ਹੋਣੀ ਹੈ 40 ਨਾਓ ਵੀ ਹੈਵ ਓ ਡੀਅਰ ਵਾਟ ਐਮ ਆਈ ਵੇਅਰਿੰਗ देयर 20 20s 20 2023 ਇਹ ਮੇਰਾ ਪਹਿਲਾ ਪੋਰਟਫੋਲੀਓ ਕੀ ਬਾਤ ਹੈ 22 23 22 22 ਸਾਰੇ ਸਾਰੀ ਮੰਮੀ ਜੀ ਕੋਲ ਫੋਨ ਸੀ ਦੀ ਕੱਟਦੇ ਆ ਪਰ ਚਲੋ ਐਨੀਵੇਸ ਓ ਮੈਨ ਦਾਇਓ ਨਹੀਂ ਮੇਰਾ ਇਜ਼ ਮਾਈ ਫਰਸਟ ਹੀਰੋ
ਇਹ ਕਿਹੜੀ ਫਿਲਮ ਦੀ ਹੈ ਦਿਲ ਆਪਣਾ ਪੰਜਾਬੀ ਦੀ 26 ਹਾਂ ਯਾ ਹੀ ਪ੍ਰੋਬਬਲੀ ਰਾਈਟ ਫਰਮ ਲਾਸਟ ਪਿਕਚਰ ਆ ਹੁਣ ਸਾਡੇ ਕੋਲ ਇਹ ਤਾਂ ਦਿਨ ਨੇ ਮੇਰੇ ਦਿਲ ਲੁੱਟਿਆ ਦੀ ਆ ਮਤਲਬ ਹਾਂ ਉਸ ਤੋਂ ਬਾਅਦ ਦੀ ਹੈ 29 28 ਸਮਥਿੰਗ ਲਾਈਕ ਦੈਟ ਹਾਂ 30 ਤੋਂ ਪਹਿਲਾਂ ਸੀ ਕਿੰਨੇ ਕਾਂਸਰਸ ਨਹੀਂ ਮੈਂ ਉਹਨਾਂ ਦੇ ਸਕ੍ਰੈਕਟ ਸੀਗੇ ਆਲਮੋਸਟ ਸੋ ਆਈ ਗੈਸ ਹੁਣ ਤੁਹਾਨੂੰ ਰਿਅਲਾਈਜ਼ ਹੋ ਰਿਹਾ ਹੋਣਾ ਕਿ ਕਿੰਨੇ ਦੌਰ ਤੋਂ ਹੈ ਡੀਵਾ ਸਾਡੇ ਵਿੱਚ ਚੱਲਦੇ ਆ ਰਹੇ ਹੈ ਬਟ ਸ਼ੀ ਸਟਿਲ ਸੋ ਮੈਗਨੀਫੀਸ਼ੈਂਟ ਆਈ ਮੈਨੂੰ ਆਲਰੇਡੀ ਪਤਾ ਹੈ ਜੀ ਫੋਟੋਆਂ ਤੋਂ ਬਹੁਤ ਜ਼ਿਆਦਾ ਆ ਬੀਂਗ ਅ ਗਰਲ ਆਈ ਗੈਸ ਆਪਣੇ ਇੱਥੇ ਹੋਣੇ ਮੂਵੀ ਵੀ ਇਸੇ ਕਨਸੈਪਟ ਤੇ ਹੁਣ ਗੁਰਨਾਮ ਜੀ ਲਈ ਛੋਟੀ ਜਿਹੀ ਗੇਮ ਹੈ ਗੁਰਨਾਮ ਜੀ ਤੁਹਾਡੇ ਕੁਝ ਗਾਣਿਆਂ ਦੇ ਅਸੀਂ ਸਟਾਰਟਿੰਗ ਲਾਈਨਸ ਲਿਖੇ ਹੋਏ ਆ ਤੁਸੀਂ ਗਾਣੇ ਤੇ ਨੀਰੂ ਮੈਮ ਦੱਸਣਗੇ ਉਹਨਾਂ ਨੂੰ ਉਹ ਗਾਣਿਆਂ ਦਾ ਪਤਾ ਹੈ ਕਿ ਨਹੀਂ ਜਸਟ ਹੈਵ 4 ਸੌਂਗਸ ਸੋ ਤੁਸੀਂ ਆਪ ਗਾਣੇ ਨੀਰੂ ਮੈਮ ਨੂੰ ਕੰਪਿਊਟਰ ਕੇ ਦੱਸਣਗੇ ਉਹਨਾਂ ਨੂੰ ਉਹ ਗਾਣਿਆਂ ਬਾਰੇ ਪਤਾ ਹੈ ਕਿ ਨਹੀਂ ਹਾਂ ਇਹ ਤਾਂ ਪਤਾ ਹੈ ਉਹ ਮੇਰੇ ਬੇਲੀਆ ਯੈਸ ਮਾਈ ਫੇਵਰਿਟ ਸੌਂਗ ਉਹ ਹਾਂ ਇਹ ਗਾਣਾ ਮੈਂ ਸੁਣਦੀ ਹਾਂ ਨਾ ਰਿਪੀਟ ਤੇ ਲਾਸਟ ਤੁਸੀਂ ਕੰਪਲੀਟ ਕਰ ਦੇਣਾ ਨਾ ਗਾਣਾ ਗਾ ਕੇ ਹੋੜੇ ਉਹ ਵੀ ਇਹਨਾਂ ਨੂੰ ਸਾਰੇ ਗਾਣੇ ਹੀ ਪਤਾ ਹੈ ਸਾਰੇ ਪਤਾ ਚੜਦੇ ਸਿਆਲ ਦੀ ਡੇਟ ਮੈਰਿਜ ਦੀ ਕਾੜਾ ਉੱਤੇ ਲਿਖਾ ਦਾਂਗੇ ਮੈਂ ਕੰਪਲੀਟ ਕਰ ਦੇਣਾ ਨੋ ਦੁਨੀਆ ਦੀ ਸਪੀਡ ਸਿੰਗਲ ਸੀ ਮੈਂ ਤੂੰ ਵੀ ਕੱਲੀ ਮਿਲ ਗਈ ਓਕੇ ਇਹ ਨਹੀਂ ਪਤਾ ਹੁਣ ਪੰਜ ਚਾਰਾਂ 'ਚ ਇੱਕ ਨਹੀਂ ਪਤਾ ਹੋ ਸਕਦਾ ਬਟ ਫਿਰ ਵੀ ਗੇਮ ਬਹੁਤ ਵਧੀਆ ਕੀਤੀ ਹੈ ਅਸੀਂ ਅਤੇ ਐਂਡਿੰਗ 'ਚ ਅਸੀਂ ਕੁਛ ਇੱਕ ਦੋ ਤਿੰਨ ਕੁਐਸਚਨਸ ਨਾਲ ਵਾਈਂਡ ਅਪ ਕਰਾਂਗੇ ਕਿਉਂਕਿ ਮੈਮ ਕੋਕਾ ਹੁਣ ਫਾਈਨਲੀ ਆ ਰਹੀ ਹੈ ਕੋਕਾ ਤੋਂ ਬਾਅਦ ਆਏਗੇ ਇਸ ਪੰਜਾਬੀ ਇੰਡਸਟਰੀ ਵਿੱਚ ਇਹੋ ਜਿਹੇ ਕੋਨਸੈਪਟਸ ਲਈ ਬਹੁਤ ਲੋਕਾਂ ਦੇ ਮਾਈਂਡਸੈਟਸ ਖੁੱਲ੍ਹ ਜਾਣਗੇ ਬਹੁਤ ਆਈ ਗੈਸ ਪ੍ਰੋਡਿਊਸਰਸ ਦੀ ਡਾਇਰੈਕਟਰਸ ਦੀ ਵੀ ਆਈਡੀਓਲੋਜੀ ਬਹੁਤ ਖੁੱਲ੍ਹ ਜਾਊਗੀ ਸੋ ਕੋਕਾ ਤੋਂ ਅੱਡ ਕੇ ਤੁਹਾਨੂੰ ਕੀ ਲੱਗਦਾ ਕਿਹੜੇ ਕੋਨਸੈਪਟਸ ਵਾਲੇ ਜਿਹੜੇ ਮਾਰਕੀਟ 'ਚ ਹੋਰ ਐਕਸਪਲੋਰ ਹੋਣੇ ਚਾਹੀਦੇ ਨੇ But I also feel ki pehla matlab I think Coco is a really real film I think lokan nu bhi hun fir unnu bhi real banna padna thoda ja to make such films I feel because you have to somehow be open unna dimag to and real not so fake you know pretending to be something you're not and like accepting ki this is a part of life ਗੁਰਨਾਮ ਜਦੋਂ ਕੋਕਾ ਦੀ ਗੱਲ ਕਰਦੇ ਹਾਂ ਕਿਤੇ ਨਾ ਕਿਤੇ ਇੱਕ ਫੀਮੇਲ ਓਰੀਐਂਟਡ ਜ਼ਿਆਦਾ ਚਾਹ ਸਕਦੀ ਹੈ ਕਿਤੇ ਨੇ ਜੋ ਆਪਾਂ ਇੱਕ ਕ੍ਰਿਟਿਕ ਰਿਵਿਊ ਲੈ ਕੇ ਦੇਖੀਏ ਹੈ ਨਾ ਕਿਉਂਕਿ ਇੱਕ ਫੀਮੇਲ ਦੇ ਬਾਰੇ ਗੱਲ ਹੋ ਰਹੀ ਹੈ ਸਾਰਾ ਬਟ ਉੱਥੇ ਹੀ ਇਕੁਅਲੀ ਤੁਹਾਡਾ ਰੋਲ ਵੀ ਬੈਲੈਂਸ ਕੀਤਾ ਗਿਆ ਹੈ ਸੋ ਇਹਨਾਂ ਦਾ ਤਾਂ ਰੋਲ ਅਸੀਂ ਦੇਖ ਲਿਆ ਕਿ 40 ਈਅਰਸ ਐਂਡ ਹੈ ਨਾ ਫਾਈਂਡਿੰਗ ਲਵ ਐਂਡ ਐਵਰੀਥਿੰਗ ਤੁਸੀਂ ਆਪਦੇ ਰੋਲ ਨੂੰ ਕਿਵੇਂ ਜਸਟੀਫਾਈ ਕਰੋਗੇ ਕਿ ਤੁਹਾਡੇ ਰੋਲ 'ਚ ਕੀ ਇੱਕ ਟੈਕਨੀਕਲ ਜਾਂ ਫਿਰ ਤੁਹਾਨੂੰ ਐਜ਼ ਐਨ ਐਕਟਰ ਡਿਫੀਕਲਟੀ ਹੋਊਗੀ ਨਹੀਂ ਮੈਂ ਤੁਹਾਨੂੰ ਨਾ ਸਿੰਪਲ ਜੀ ਗੱਲ ਦੱਸਦਾ ਕਿ ਜਦੋਂ ਕਿਸੇ ਐਕਟਰ ਕੋਲ ਉਹਦੇ ਕੋਲ ਇੱਕ ਦੋ ਚੀਜ਼ਾਂ ਨਾਲ ਹੁੰਦੀਆਂ ਨਾ ਜਿਵੇਂ ਲੇਖ 'ਚ ਮੇਰੇ ਕੋਲ ਏਜ ਦਿਖਾਉਣ ਦਾ ਫੈਕਟਰ ਸੀਗਾ ਕਿ ਮੈਂ ਮੇਰੇ ਕੋਲ ਚੇਂਜ ਓਵਰ ਸੀ ਅਫਕੋਰਸ ਇਹਦੇ 'ਚ ਉਹ ਕੁੜੀ 40 ਈਅਰਸ ਦੀ ਦਾ ਇਹ ਸਟੋਰੀ ਉਹਦੇ ਬਾਰੇ ਆ ਹੈ ਨਾ ਪਰ ਇਹਦਾ ਇਹ ਮਤਲਬ ਨਹੀਂ ਕਿ ਫੀਮੇਲ ਓਰੀਐਂਟਡ ਫਿਲਮ ਬਣ ਗਈ ਹੈ ਨਾ ਤੁਸੀਂ ਪਰਫੋਰਮੈਂਸ ਦੇਖੋਗੇ ਤੁਸੀਂ ਫਿਲਮ ਦੇਖੋਗੇ ਸੋ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੈ ਕਿ ਆਡੀਅੰਸ ਕਿਹਨੂੰ ਬਾਹਰ ਲੈ ਕੇ ਨਿਕਲਦੀ ਹੈ ਪਰ ਮੇਰਾ ਇਹ ਮੰਨਣਾ ਹੈ ਕਿ ਜਿਵੇਂ ਕਹਿੰਦੇ ਨਾ ਪਰਿਵਾਰ ਬਹੁਤ ਸਾਰੇ ਜਣਿਆਂ ਨਾਲ ਬਣਦਾ ਇੱਕ ਜਣੇ ਨਾਲ ਨਹੀਂ ਬਣਦਾ ਉਵੇਂ ਫਿਲਮ ਹੈ ਫਿਲਮ ਕਦੀ ਵੀ ਇੱਕ ਕੈਰੈਕਟਰ ਦੀ ਨਹੀਂ ਹੁੰਦੀ ਫਿਲਮ ਸਾਰਿਆਂ ਦੀ ਹੁੰਦੀ ਹੈ ਫਿਲਮ ਦੇ ਵਿੱਚ ਹੋ ਸਕਦਾ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਅਸੀਂ ਟ੍ਰੇਲਰ 'ਚ ਨਹੀਂ ਦੇਖੀਆਂ ਹੋਰ ਕੈਰੈਕਟਰਸ ਹੋਣ ਜਿਹੜੇ ਹੋਰ ਤੁਹਾਨੂੰ ਟੱਚ ਕਰ ਜਾਣ ਸੋ ਔਰ ਮੇਰੇ ਲਈ ਇਹ ਕਦੀ ਵੀ ਮੈਟਰ ਨਹੀਂ ਕੀਤਾ ਕਿਉਂਕਿ ਮੈਂ ਸ਼ੁਰੂਆਤ ਹੀ ਇਹੋ ਜਿਹੀ ਫਿਲਮ ਤੋਂ ਕੀਤੀ ਹੈ ਮਤਲਬ ਗੁੱਡੀਆਂ ਪਟੋਲੇ 'ਚ ਮੇਰਾ ਬਹੁਤ ਘੱਟ ਰੋਲ ਸੀ ਅਤੇ ਮੇਰੇ ਲਈ ਉਸ ਤੋਂ ਬਾਅਦ ਮੈਟਰ ਕੀ ਕਰਦਾ ਮੈਂ ਸੱਚੀ ਦੱਸਦਾ ਮੇਰੇ ਦਿਮਾਗ 'ਚ ਇਹੀ ਹੁੰਦਾ ਕਿ ਜਦੋਂ ਇੱਕ ਫਿਲਮ ਚੱਲ ਜਾਂਦੀ ਆ ਤਾਂ ਉਦੋਂ ਉਹਦਾ ਮੇਕਅਪ ਆਰਟਿਸਟ ਵੀ ਇਹ ਕਹਿੰਦਾ ਕਿ ਇਹ ਮੈਂ ਕੀਤੀ ਹੈ ਔਰ ਉਹਦਾ ਕ੍ਰੈਡਿਟ ਉਹਦਾ ਪ੍ਰੋਫਿਟ ਸਾਰਿਆਂ ਨੂੰ ਮਿਲਦਾ ਅਤੇ ਜਦੋਂ ਕੋਈ ਫਿਲਮ ਨਹੀਂ ਚੱਲਦੀ ਤਾਂ ਜਿਹਦੇ 'ਚ ਇੱਕ ਬੰਦੇ ਦਾ ਬਹੁਤ ਜ਼ਿਆਦਾ ਰੋਲ ਵੀ ਹੁੰਦਾ ਤਾਂ ਉਹ ਦੂਜਿਆਂ 'ਤੇ ਪਾਉਣ ਲੱਗ ਜਾਂਦਾ ਕਿ ਔਰ ਰਾਈਟਰ ਨੇ ਐਵੇਂ ਲਿਖਤਾ ਯਾਰ ਉਹ ਡਾਇਰੈਕਟਰ ਨੇ ਐਂ ਕਰਤਾ ਯਾਰ ਮਿਊਜ਼ਿਕ ਨਹੀਂ ਸੀ ਵਧੀਆ ਮੇਰੇ ਲਈ ਇੰਪੋਰਟੈਂਟ ਜੇ ਕਿਸੇ ਚੀਜ਼ ਦਾ ਮੈਨੂੰ ਸਟ੍ਰੈਸ ਹੈਗਾ ਜਾਂ ਹਮੇਸ਼ਾ ਹੁੰਦਾ ਉਹ ਇਹ ਕਿ ਫਿਲਮ ਦੀ ਕਲੈਕਸ਼ਨ ਕੀ ਆ ਬਾਕਸ ਆਫਿਸ ਕੀ ਆ ਉਹੀ ਇੱਕ ਮੈਟਰ ਕਰਦੀ ਬਟ ਇਟ ਇਜ਼ ਇਟਸ ਅ ਕਾਲ ਐਂਡ ਅ ਜੂਨੀ ਸਟੋਰੀ ਇਟਸ ਨਾਟ ਜਸਟ ਇਟਸ ਨਾਟ ਅ ਵਨ ਮੈਨ ਐਗਜ਼ੈਕਟਲੀ ਉਹੀ ਅਸੀਂ ਕਹਿ ਰਹੇ ਜਿੰਨਾ ਸਾਨੂੰ ਲੱਗਦਾ ਵੀ ਪੁਆਇੰਟ ਆਫ ਵਿਊ ਹੈ ਐਂਡ ਯੂਲ ਸੀ ਬੋਥ ਐਂਗਲਸ ਬਟ ਇਟਸ